ਆਦਰਯੋਗ ਪ੍ਰਧਾਨਗੀ ਮੰਡਲ, ਅੱਜ ਦੇ ਸਮਾਗਮ ਵਿੱਚ ਆਏ ਸਮੁੱਚੇ ਲੇਖਕੋ, ਆਲੇ ਦੁਆਲੇ ਦੇ ਵਿੱਚੋਂ ਆਏ ਉਹਨਾਂ ਦੇ ਸਾਹਿਤਕ ਪ੍ਰੇਮੀ ਅਤੇ ਸਮੁੱਚੀ ਪ੍ਰੈਸ, ਉਹਨਾਂ ਬਾਰੇ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਹਨਾਂ ਦੇ ਜੀਵਨ ਦੇ ਇੰਨੇ ਸਿਰੇ ਨੇ, ਅਸੀਂ ਜੇ ਇੱਕ ਸਿਰੇ ਨੂੰ ਫੜ ਲਈਏ ਤਾਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਪਵੇਗਾ। ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਮੰਨੀ ਜਾ ਸਕਦੀ ਹੈ ਕਿ ਉਹਨਾਂ ਦੇ ਕੁਝ ਮਿੱਤਰਾਂ ਨਾਲ ਰਲ ਕੇ ਉਹਨਾਂ ਨੇ ਇੱਥੇ ਸਹਿ ਸਭਾ ਬਣਾਈ। ਉਹ ਸਭਾ ਦੀਆਂ ਜਿਹੜੀਆਂ ਸ਼ਾਖਾਵਾਂ ਸੀ ਉਹ ਗੁਆਂਢੀ ਕਸਬਿਆਂ ਦੇ ਵਿੱਚ ਗਈਆਂ। ਇੱਕ ਜਿਹੜੀ ਸ਼ਾਖ ਤਪਾ ਮੰਡੀ ਗਈ। ਅਸੀਂ ਸਿਰੇ ਨੇੜੇ ਤੇੜੇ ਦੇ ਜਿਹੜੇ ਲੇਖਕ ਹਾਂ ਉਹ ਉਸ ਸਭਾ ਦੀ ਪੈਦਾਵਾਰ ਹੀ ਹਾਂ। ਇਸ ਗੱਲ ਨੂੰ ਕੋਈ ਮੰਨੇ ਚਾਹਨ ਮੰਨੇ, ਇੱਕ ਮੂਲ ਬੀਜ ਉਹਨਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਬੀਜੇ, ਅਸੀਂ ਉਹਨਾਂ ਬੀਜਾਂ ਦੇ ਵਿੱਚੋਂ ਹਰੇ ਹੋਏ ਬੀਜ ਹਾਂ। ਇਹ ਸਭ ਨੂੰ ਸਾਨੂੰ ਗੱਲ ਮੰਨਣੀ ਪਊਗੀ। ਜਿਹੜੇ ਸਾਰੇ ਲੇਖਕਾਂ ਆਪਣੇ ਆਪ ਵਿੱਚ ਕੁਝ ਨਹੀਂ ਹੁੰਦਾ, ਇੱਕ ਪੁਰਾਣਾ ਰਸਤਾ ਹੁੰਦਾ, ਉਹ ਰਸਤੇ ਦੇ ਵਿੱਚੋਂ ਰਸਤੇ ਨਿਕਲਦੇ ਜਾਂਦੇ ਆ, ਰਸਤੇ ਨਿਕਲਦੇ ਜਾਂਦੇ ਆ, ਇੱਕ ਪੂਰੇ ਦਾ ਪੂਰਾ ਸੰਸਾਰ ਹੈ ਜਿਹੜਾ ਰਸਤਿਆਂ ਦਾ ਉਹ ਉਸਰ ਜਾਂਦਾ। ਜਿਹੜੀ ਉਹਨਾਂ ਦੀ ਸੋਚ ਸੀ, ਇਹ ਕਿਸੇ ਲੇਖਕ ਦੇ ਉਰਦੂ ਦੇ ਲੇਖਕ ਦਾ ਸ਼ੇਰ ਹੈ, ਮੈਨੂੰ ਨਾਮ ਤਾਂ ਨਹੀਂ ਪਤਾ ਉਹਨਾਂ ਦਾ। ਉਹ ਸ਼ੇਰ ਇਹ ਹੈ ਕਿ ਏਕ ਮੈਂ ਹੂੰ ਜੋ ਰੋਜ਼ ਨਇਆ ਲਗਤਾ ਹੂੰ, ਏਕ ਮੈਂ ਹੂੰ ਜੋ ਰੋਜ਼ ਨਇਆ ਲਗਤਾ ਹੂੰ, ਜੇ ਕੈਸੇ ਲੋਕ ਹੈ ਬਦਲਤੇ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਅੱਜ ਦੇ ਵਿੱਚ ਜੀਵਿਆ। ਨਿੱਕੇ ਤੋਂ ਨਿੱਕੇ ਝਗੜੇ ਉਹਨਾਂ ਨੂੰ ਬਹੁਤ ਬੇਚੈਨ ਕਰ ਦਿੰਦੇ ਸੀ। ਕਿਸੇ ਵਿਖੇੜੇ 'ਚ ਪੈਣ ਵਾਲੇ ਆਦਮੀ ਨਹੀਂ ਸਨ। ਆਪਣੇ ਪੂਰੇ ਦਿਨ ਨੂੰ ਉਹ ਇਸ ਤਰ੍ਹਾਂ ਵਰਤਦੇ ਸਨ, ਉਹਦਾ ਸੱਤ ਇੱਦਾਂ ਕੱਢਦੇ ਸਨ ਕਿ ਜਿਵੇਂ ਕੋਈ ਗੰਨੇ ਵਾਲਾ ਆਦਮੀ ਰਸ ਕੱਢ ਕੇ ਵੇਚਦਾ, ਉਹਨੂੰ 5-6 ਵਾਰ ਆਪਦੀ ਮਸ਼ੀਨ 'ਤੇ ਨੰਘਾਉਂਦਾ, ਉਹ ਇੰਨਾ ਰਸ ਕੱਢ ਲੈਂਦਾ ਕਿ ਭਾਵੇਂ ਉਹਨੂੰ ਤੁਰੰਤ ਚੁੱਲ੍ਹੇ 'ਚ ਬਾਲ ਕੇ ਚਾਹ ਪਾਣੀ ਬਣਾ ਲਓ ਤੁਸੀਂ। ਇਸ ਤਰ੍ਹਾਂ ਦੇ ਅਣਖੀ ਸਾਹਿਬ ਸੀ। ਜਿਹੜੇ ਲੇਖਕ ਉਹਨਾਂ ਦੇ ਨੇੜੇ ਰਹਿੰਦੇ ਸੀ ਉਹਨਾਂ ਨੇ ਇਸ ਸਮੇਂ ਦਾ ਜਿਹੜਾ ਉਪਯੋਗ ਕਰਨਾ ਸਿੱਖਿਆ। ਜਿਹੜੇ ਮੰਚ 'ਤੇ ਅਸੀਂ ਸਾਰੇ ਬੈਠੇ, ਕੁਝ ਸੱਜਣ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਵੀ ਬੈਠੇ ਨੇ, ਮੈਂ ਜੇ ਨਾਮ ਲਵਾਂ ਤਾਂ ਇਹ ਵੀ ਬਹੁਤ ਲੰਮੀ ਗੱਲ ਚਲੀ ਜਾਏਗੀ। ਇੱਕ ਜਿਹੜਾ ਉਹਨਾਂ ਦਾ ਸੁਭਾਅ ਸੀ, ਇੱਕ ਬੋਲੀ ਬੋਲਣ ਵਾਲਿਆਂ ਦਾ ਸੰਸਾਰ ਹੈ, ਇੱਥੇ ਇੱਕ ਅਕੈਡਮਿਕ ਸੰਸਾਰ ਹੈ। ਅਕੈਡਮਿਕ ਸੰਸਾਰ 'ਚ ਵਿਚਰਨ ਵਾਲੇ ਜਿਹੜੇ ਲੋਕ ਨੇ ਉਹ ਬੋਲੀ ਜਾਣ ਵਾਲੀ ਬੋਲੀ ਤੋਂ ਦੂਰ ਹੋ ਜਾਂਦੇ ਨੇ। ਆਪਦੇ ਦੁਆਲੇ ਆਪਦੀ ਡਿਗਰੀਆਂ ਦਾ ਘੇਰਾ ਐਸਾ ਕੱਢਦੇ ਆ ਉਹ 'ਚੋਂ ਬੋਲਣ ਵਾਲੇ ਬੰਦੇ ਦੂਰ ਚਲੇ ਜਾਂਦੇ, ਅਤੇ ਫਿਰ ਜਦੋਂ ਆਪਦੀ ਭਾਸ਼ਾ ਦੇ ਵਿੱਚ ਲਿਖਦੇ ਆ ਉਹਨੂੰ ਕੋਈ ਪੜ੍ਹਦਾ ਨਹੀਂ ਹੈ। ਅਤੇ ਹਮੇਸ਼ਾ ਜੇ ਕੋਈ ਪੜ੍ਹਿਆ ਗਿਆ ਸੰਸਾਰ ਪੱਧਰ 'ਤੇ ਉਹ ਸਾਹਿਤ ਹੈ ਜਿਹੜਾ ਬੋਲੀ 'ਚ ਲਿਖਿਆ ਗਿਆ। ਜਿਹੜਾ ਉਹਨਾਂ ਨੇ ਬੋਲੀ 'ਚ ਲਿਖਿਆ, ਜਿਹੜੇ ਲੋਕ ਬੋਲੀ ਬੋਲਦੇ ਸੀ ਉਹਨਾਂ ਦੇ ਉਹੀ ਪਾਠਕ ਨੇ, ਅਤੇ ਦੂਜੇ
ਅਕੈਡਮਿਕ ਤੌਰ 'ਤੇ ਜਿਹੜੇ ਆ ਉਹਨਾਂ ਨੂੰ ਜਾਣਦੇ ਵੀ ਆ, ਪਰ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੇ ਗੰਭੀਰ ਪਾਠਕ ਹੋਣਗੇ, ਉਹਨਾਂ ਨੂੰ ਉਹਨਾਂ 'ਤੇ ਵੀ ਐਮਫਿਲ ਅਤੇ ਪੀਐਚਡੀਆਂ ਕਰਾਉਣੀਆਂ ਪੈ ਰਹੀਆਂ। ਅਸਲ ਅਣਖੀ ਨੂੰ ਇਹ ਧਰਤੀ ਦੇ ਪੁੱਤ ਇਮਾਨਦਾਰ ਲੋਕ ਜਿਨ੍ਹਾਂ ਬਾਰੇ ਉਹ ਲਿਖਦੇ ਸੀ ਉਹਨਾਂ ਬਾਰੇ ਉਹਨਾਂ ਨੇ ਲਿਖਿਆ। ਉਹਨਾਂ ਨੂੰ ਇਸ ਸਮਾਜ ਦੇ ਵੱਡੇ ਸੱਚਾਂ ਦਾ ਪਤਾ ਸੀ, ਕਿਸੇ ਇੱਕ ਵਿਅਕਤੀ ਬਾਰੇ ਵਿਸ਼ੇਸ਼ ਕਹਾਣੀ ਨਹੀਂ ਸੀ ਉਹ ਲਿਖਦੇ। ਉਹਦਾ ਸਮੁੱਚਾ ਕਹਾਣੀਆਂ ਦਾ ਸੰਸਾਰ ਹੈ ਜਿਹੜਾ ਉਹ ਵੱਡੇ ਸੱਚਾਂ 'ਤੇ ਆਧਾਰਿਤ ਹੈ, ਅਤੇ ਵੱਡੇ ਸੱਚ ਨਹੀਂ ਖੁਰਦੇ ਹੁੰਦੇ, ਕਦੇ ਸੱਚਾਂ ਨੂੰ ਦੁਹਰਾਉਣ ਵਾਲੇ ਜਿਹੜੇ ਲੋਕ ਹੈ ਚਿਹਰੇ ਬਦਲਦੇ ਰਹਿੰਦੇ ਹੈ। ਮੂਲ ਸਮੱਸਿਆਵਾਂ ਉਹ ਇਸ ਤਰ੍ਹਾਂ ਪਈਆਂ ਰਹਿੰਦੀਆਂ, ਜਿਵੇਂ ਕਿਸਾਨੀ ਬਾਰੇ ਨਾ ਕਿਸਾਨ ਹੋ ਕੇ ਵੀ ਉਹਨਾਂ ਨੇ ਇਸ ਲਈ ਲਿਖਿਆ ਕਿਉਂਕਿ ਉਹ ਆਪ ਬਹੁਤ ਵੱਡੀ ਜ਼ਮੀਨ ਦੀ ਢੇਰੀ ਦੇ ਮਾਲਕ ਸੀ। ਉਹ ਜਿੰਨੇ ਸਾਰੇ ਮੇਰਾ ਖਿਆਲ ਪੰਡਾਲ 'ਚ ਅਸੀਂ ਬੈਠੇ ਹਾਂ, ਸਾਡੇ ਕਿਸੇ ਕੋਲ ਉਨੀ ਜ਼ਮੀਨ 'ਤੇ ਜਾਇਦਾਦ ਨਹੀਂ ਜਿੰਨੇ ਉਹ ਆਪ ਜ਼ਮੀਨ ਦੇ ਮਾਲਕ ਸੀ। ਪਰ ਉਹ ਚਾਹੁੰਦੇ ਤਾਂ ਜਿਵੇਂ ਪਿੰਡ ਦੇ ਹੋਰ ਚੌਧਰੀ, ਉਹ ਰਾਹ ਪੈ ਕੇ ਉਹਨਾਂ ਨੇ ਤਿੰਨ ਤਿੰਨ ਗੁਣਾ ਜ਼ਮੀਨਾਂ ਬਣਾ ਲਈਆਂ, ਪਰ ਰਾਮ ਸਰੂਪ ਅਣਖੀ ਸੀ ਸਾਹਿਤਕ ਦੇ ਰਾਹ ਤੁਰਦਿਆਂ, ਉਹਨਾਂ ਦੀ ਸਾਹਿਤ ਦੇ ਮਾਰਗ 'ਤੇ ਉਹਨਾਂ ਦੀ ਜ਼ਮੀਨ ਭਾਵੇਂ ਖੁਰਦੀ ਗਈ, ਪਰ ਮੁੱਖ ਤੌਰ 'ਤੇ ਸੌਣ ਤੋਂ ਲੈ ਕੇ ਉੱਠਣ ਤੱਕ, ਆਉਂਦਿਆਂ ਜਾਂਦਿਆਂ, ਸਾਈਕਲ 'ਤੇ ਚੱਲਦਿਆਂ, ਸਕੂਟਰੀ 'ਤੇ ਵਿਚਰਦਿਆਂ, ਗੱਡੀ 'ਤੇ ਜਾਂਦਿਆਂ, ਬੱਸ 'ਤੇ ਜਾਂਦਿਆਂ, ਉਹਨੇ ਸਿਰਫ ਆਪਦੇ ਲਿਖਣ ਬਾਰੇ ਸੋਚਿਆ। ਇਸੇ ਗੱਲ ਕਿ ਜਿਹੜੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਇੱਕ ਲਗਨ, ਉਹਨਾਂ ਦੀ ਮਿਹਨਤ, ਉਹਨਾਂ ਦਾ ਸਿਰੜ, ਉਹਨਾਂ ਦਾ ਮੂਲ ਜਿਹੜਾ ਨੁਕਤਾ ਜੀਵਨ ਦਾ ਸੀਗਾ ਉਹ ਲਿਖਣਾ ਸੀ, ਅਤੇ ਇਸੇ ਕਰਕੇ ਉਹ ਕਾਮਯਾਬ ਹੈ। ਉਹਨਾਂ ਦੀ ਸਮੁੱਚੀ ਸ਼ਖਸੀਅਤ ਸਾਨੂੰ ਇਹ ਕਹਿੰਦੀ ਹੈ ਕਿ ਜੇ ਉਹ ਹੋਰ ਕੰਮ ਕਰਦੇ ਸ਼ਾਇਦ ਉਹਨਾਂ ਤੋਂ ਹੋਰ ਕੰਮ ਹੋਣੇ ਹੀ ਨਹੀਂ ਸੀ। ਉਹ ਧਰਤੀ 'ਤੇ ਲਿਖਣ 'ਤੇ ਸਿਰਫ ਲਿਖਣ ਆਏ ਸੀ, ਅਤੇ ਆਪਣੇ ਵਰਗੇ ਬਹੁਤ ਹੋਰ ਲੋਕ ਸਾਡੇ ਵਰਗੇ ਪੈਦਾ ਕਰਨ ਵਾਸਤੇ ਉੱਥੇ ਆਏ ਸੀ। ਉਹਦੀ ਸਮੁੱਚੀ ਸ਼ੈਲੀ ਜਿਹੜੀ ਸੀ ਇੱਕ ਟਰੈਂਡ ਸੈੱਟ ਕਰ ਲਿਆ ਸੀ ਉਹਨਾਂ ਨੇ ਆਪਦੇ ਲਿਖਣ ਦੇ ਅੰਦਾਜ਼ ਦਾ। ਉਦੋਂ ਲੇਖਕ ਦੇ ਜੀਵਨ ਲੇਖਕ ਦਾ ਜੀਵਨ ਸ਼ੁਰੂ ਹੁੰਦਾ ਜਦੋਂ ਉਹਦਾ ਟਰੈਂਡ ਸੈੱਟ ਹੋ ਜਾਏ, ਉਹਦੀ ਕਿਤਾਬ 'ਤੇ ਉਹਦਾ ਨਾਮ ਵੀ ਨਾ ਲਿਖਿਆ ਜਾਵੇ ਤਾਂ ਲੋਕ ਕਹਿ ਦੇਣਗੇ ਵੀ ਇਹ ਰਾਮ ਸਰੂਪ ਅਣਖੀ ਦਾ ਨਾਵਲ ਹੈ, ਅਤੇ ਅਗਲੇ ਵਰਕੇ ਪਾਟ ਗਏ ਹੋਣਗੇ। ਉਹਨਾਂ ਬਾਰੇ ਬਹੁਤ ਕੁਛ ਆਖਿਆ ਜਾ ਸਕਦਾ। ਬਹੁਤ ਉਹ ਖੁਸ਼ ਰਹਿਣੇ ਬੰਦੇ ਵੀ ਸੀ ਅੰਦਰੂਨੀ ਤੌਰ 'ਤੇ। ਅਸੀਂ ਉਦੋਂ ਮਹਿਫਲਾਂ ਸ਼ਾਮ ਨੂੰ ਬਹਿਣਾ, ਉਹਨਾਂ ਨੇ ਮੈਨੂੰ ਸ਼ਾਮ ਨੂੰ ਇੱਕ ਫੋਨ ਮੇਰੇ ਦਫ਼ਤਰੋਂ ਦਾ, ਉਹਨੇ ਕਹਿਣਾ ਬੂਟੇ ਬੈਠਾ ਹੈ, ਮੈਂ ਕਿਹਾ ਹਾਂਜੀ ਬੈਠਾ ਹੈ। ਅਗਲੀ ਗੱਲ ਬੋਲਣਾ ਕਿ ਪੇਂਜੇ 'ਚੋਂ ਤੇਰੀ ਬਾਂਹ ਨਿਕਲ ਗਈ, ਇਹਦਾ ਮਤਲਬ ਤੂੰ ਖਬਰਾਂ ਭੇਜ ਹਟਿਆ। ਮੇਰੇ ਹਾਂ ਕਹਿਣ 'ਤੇ ਆਪਦੀ ਸਕੂਟਰੀ ਨੂੰ ਜਿਹੜੇ ਮਿਰਜੇ ਦੀ ਬੱਕੀ ਵਾਂਗ ਉਹ ਅੱਡੀ ਲਾਉਂਦੇ, ਇਸ 'ਤੇ ਮੇਰੇ ਦਫ਼ਤਰ ਉਹ ਆ ਜਾਂਦੇ ਸੀ। ਉਹਨਾਂ ਬਾਰੇ ਬਹੁਤ ਗੱਲਾਂ ਕਹੀਆਂ ਜਾ ਸਕਦੀਆਂ, ਇੰਨੀਆਂ ਗੱਲਾਂ ਚੰਗੀਆਂ ਕਿ ਉਹ ਮੇਰੇ ਵਰਗੇ ਬੰਦੇ ਨੂੰ ਤਰਾਸ਼ਣ ਵੀ ਆਏ ਸੀ, ਆਪਦੇ ਇੱਕ ਫੈਮਿਲੀ ਨੂੰ ਜਾਂ ਪਿਛੋਕੜ ਨੂੰ ਵੀ ਐਸਾ ਨਾਮ ਦੇਣ ਆਏ ਸੀ ਕਿ ਜਿਹੜਾ ਆਉਣ ਵਾਲੇ ਸਦੀਆਂ ਤੱਕ ਨਾਮ ਫੈਲਿਆ ਰਹੇ। ਉਹਨਾਂ ਬਾਰੇ ਬਹੁਤ ਕੀਤੀਆਂ ਅਨੇਕਾਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਪੰਜਾਬ, ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਕਰਕੇ ਮੈਂ ਵਿਚਰਿਆ, ਉਹਨਾਂ ਦੇ ਨਾਮ ਦਾ ਕੁਛ ਹਿੱਸਾ ਮੇਰੇ ਨਾਮ ਵੀ ਲੱਗਿਆ। ਉਹਨਾਂ ਦਾ ਮੈਂ ਸਾਰੀ ਜ਼ਿੰਦਗੀ ਕਰਜ਼ਾ ਨਹੀਂ ਦੇ ਸਕਦਾ। ਇੱਥੇ ਇੱਕੋ ਹੀ ਗੱਲ ਹੈ ਵੀ ਮੈਂ ਕਹੀ ਸੀ, ਮੈਂ ਕਿਹਾ ਕ੍ਰਾਂਤੀਪਾਲ ਅਸੀਂ ਤੁਹਾਡੇ ਪਿਤਾ ਜੀ ਦਾ ਹਰ ਹੁਕਮ ਮੰਨਦੇ ਰਹੇ ਹਾਂ, ਇਹੀ ਜਿਹੜੀ ਮੇਰੀ ਰਵਾਇਤ ਸੀ ਵੀ ਜਦੋਂ ਤੱਕ ਤੂੰ ਮੈਨੂੰ ਹੁਕਮ ਕਰਦਾ ਰਹੇਗਾ ਮੇਰੇ ਸਾਂਭ ਅੰਗਣਗੇ, ਮੈਂ ਕਿਸੇ ਵੀ ਗੱਲ ਦੇ ਤੈਨੂੰ ਇਨਕਾਰ ਨਹੀਂ ਕਰਾਂਗਾ। ਇਹੀ ਸਾਡੀ ਸਮੁੱਚੀ ਸ਼ਰਧਾਂਜਲੀ ਜਿਹੜੀ ਹਰ ਰੋਜ਼ ਸਾਰੇ ਦਿਨਾਂ 'ਚ ਫੈਲੀ ਹੋਊਗੀ, ਉਹੀ ਹੈ ਕਿ ਜੋ ਵਫ਼ਾਦਾਰੀ ਸਾਡੀ ਉਹਨਾਂ ਪ੍ਰਤੀ ਸੀ ਉਹ ਤੁਹਾਡੇ ਪ੍ਰਤੀ ਰਹੂਗੀ। ਹਰ ਹੁਕਮ ਜੋ ਮੈਨੂੰ ਆਉਣ ਵਾਲੇ ਸਮੇਂ 'ਚ ਕੀਤਾ ਜਾਊਗਾ ਉਹਨੂੰ ਸਿਰ ਮੱਥੇ ਮੰਨ ਕੇ ਨਿਭਾਵਾਂਗਾ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਮੈਨੂੰ ਸ਼ੇਰ ਦਾ ਹੁਕਮ ਕੀਤਾ, ਮੈਂ ਸਿਰਫ ਉਹਨਾਂ ਨੂੰ ਇੱਕ ਸ਼ੇਰ ਮੇਰਾ ਬੜਾ ਪਸੰਦ ਸੀ। ਅਕਸਰ ਉਹ ਉੱਠ ਕੇ ਚਾਹ ਬਣਾਉਂਦੇ, ਉੱਠ ਕੇ ਚਾਹ ਦੀਆਂ ਦੋ ਪਿਆਲੀਆਂ ਬਣਾ ਕੇ, ਸ਼ੋਭਾ ਆਹ ਚਾਹ ਪੀ ਲੈ, ਚਾਹ ਉਹਨਾਂ ਨੇ ਆਪ ਬਣਾ ਕੇ ਦੇਣੀ। ਚੰਗੇ ਪਤੀ ਵੀ ਸੀ ਉਹ,
ਜਿਹੜਾ ਕੰਮ ਨੂੰ ਜਵਾਬ ਮਿਲਦਾ ਸੀ ਉਹ ਘਰ ਹੱਸ ਕੇ ਕਰ ਲੈਂਦੇ ਸੀ। ਆਹ ਕ੍ਰਾਂਤੀਪਾਲ ਬੈਠਾ, ਇਹਦੇ ਜੀਵਨ ਦੇ ਵਿੱਚ ਵੀ ਜੇ ਉਮਰ ਤੋਂ ਪਹਿਲਾਂ ਸਿਆਣਾ ਹੋਇਆ, ਉਹ ਜਿਹੜੇ ਵਿਖੇੜੇ ਉਹਨਾਂ ਦੇ ਜੀਵਨ 'ਚ ਪਏ, ਉਹਨਾਂ ਨੇ ਆਪਣੀ ਅਗੜੇ ਦੁਗੜੇ ਜੀਵਨ ਨੂੰ ਐਸਾ ਸੈੱਟ ਕੀਤਾ ਸੀ ਕਿ ਪਰੰਪਰਾਗਤ ਜਿਹੜੀਆਂ ਸੀਗੀਆਂ ਪਰੰਪਰਾਵਾਂ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਅੱਕ ਨਕਾਰ ਕੇ ਉਹਨਾਂ ਨੇ ਆਪਣੇ 2-3 ਵਾਰ ਜੀਵਨ ਸ਼ੁਰੂ ਕੀਤੇ। ਉਹ ਜੀਵਨ ਜਿਹੜੇ ਸ਼ੁਰੂ ਕੀਤੇ, ਮੇਰੇ ਗੱਲ ਯਾਦ ਆਉਂਦੀ ਕ੍ਰਾਂਤੀ ਵੀ, ਉਹ ਦਾਲ ਬਣਾ ਸਬਜ਼ੀ ਬਣਾ ਲੈਂਦੇ, ਇਹ ਨਿੱਕੇ ਨਿੱਕੇ ਹੱਥਾਂ ਨਾਲ ਰੋਟੀਆਂ ਬਣਾਉਂਦਾ, ਨੇਕਾਂ ਸਾਡੀ ਮਾਤਾ ਸ਼ੋਭਾ ਨੇ ਚਲੇ ਜਾਣਾ, ਅਸੀਂ ਵੀ ਕਦੇ ਆ ਜਾਣਾ। ਅਤੇ ਮੈਂ ਵੀ ਬੜੇ ਵਾਰ, ਮੇਰਾ ਖਿਆਲ 50 ਜਾਂ 60 ਵਾਰ ਮੈਂ ਰੋਟੀ ਬਣਾ ਕੇ ਉਹਨਾਂ ਨੂੰ ਖਵਾਈ ਹੋਈ, ਪਰ ਉਹ ਆਟਾ ਨਹੀਂ ਗੁੰਨਣ ਜਾਣਦੇ ਸੀ, ਉਹ ਵਿਖੇੜੇ 'ਚ ਨਹੀਂ ਪੈਂਦੇ ਸੀ। ਆਟਾ ਵਿਖੇੜਾ, ਸਬਜ਼ੀ ਬਣਾਉਣਾ ਵਿਖੇੜਾ ਨਹੀਂ ਹੈ, ਬਹੁਤਾ ਵੱਡਾ ਵੀ ਇੱਥੇ ਲੇਡੀਜ਼ ਬੈਠੀਆਂ ਨੇ, ਉਹਨਾਂ ਨੂੰ ਪਤਾ ਆਟਾ ਗੁੰਨਣਾ ਅਤੇ ਰੋਟੀ ਪਕਾਉਣੀ ਕਿੰਨੀ ਔਖੀ ਹੈ। ਇੱਕ ਸ਼ੇਰ ਸੈੱਟ ਸੁਣਾਉਂਗਾ। ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ, ਹਵਾ ਵਾਂਗ ਲੋਕਾਂ ਦਾ ਆਉਣਾ ਤੇ ਜਾਣਾ, ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ, ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ, ਹਵਾਵਾਂ ਦਾ ਹੁੰਦਾ ਨਾ ਕੋਈ ਠਿਕਾਣਾ। ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ। ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਚੌਹਾਨ ਜੀ ਦਾ।